ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੱਥੇ ਪਿੰਡ ਚੋਂ ਕ੍ਰੈਸ਼ ਹੋ ਕੇ ਡਿੱਗਾ ਜਹਾਜ਼ ਪਿੰਡ ਵਾਲਿਆਂ ਦੇ ਉੱਡੇ ਹੋਸ਼ ਵਾਪਰਿਆ ਕਹਿਰ ਸਭ ਤੋਂ ਪਹਿਲਾਂ ਤੁਹਾਨੂੰ ਜਹਾਜ਼ ਦੀਆਂ ਫੋਟੋਆਂ ਦਿਖਾ ਦਿੰਨੇ ਹਾਂ ਜੀ ਹਰਨੇਰੇ ਦੇ ਵਿੱਚ ਜਹਾਜ਼ ਕ੍ਰੈਸ਼ ਹੋ ਗਿਆ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਖਬਰ ਆ ਰਹੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਹਾਜ਼ ਧਰਤੀ ਦੇ ਵਿੱਚ ਤਸਿਆ ਹੋਇਆ ਹੈ ਜਹਾਜ਼ ਦੇ ਟੁਕੜੇ ਟੁਕੜੇ ਹੋ ਚੁੱਕੇ ਨੇ ਦੋਸਤੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲਾਟਾਂ ਪਾਂਬੜ ਅੱਗ ਦੇ ਨਿਕਲ ਰਹੇ ਨੇ ਜੀ ਇੰਡੀਅਨ 에ਅਰ ਫੋਰਸ ਦਾ ਜਹਾਜ਼ ਬੀਤੀ ਰਾਤ ਪੰਜਾਬ ਦੇ ਮੋਗਾ ਦੇ ਨੇੜੇ ਕਰੈਸ਼ ਹੋ ਗਿਆ ਮਿਗ 21 ਰੂਟੀਨ ਟ੍ਰੇਨਿੰਗ ਸੀ ਇਸ ਦੌਰਾਨ ਇਹ ਹਾਦਸਾ ਵਾਪਰਿਆ ਰਾਜਸਥਾਨ ਦੇ ਸੂਰਤਗੜ 에ਅਰ ਬੇਸ ਤੋਂ ਪਾਇਲਟ ਅਬਨਵ ਚੌਧਰੀ ਨੇ ਜਗਰਾਵਾਂ ਦੇ ਕੋਲ ਪਹੁੰਚੇ ਅਨਾਇਤਪੁਰ ਲਈ ਉਡਾਨ ਭਰੀ ਸੀ ਪ੍ਰੈਕਟਿਸ ਦੇ ਲਈ ਗਏ ਪਾਇਲਟ ਅਨੁਭਵ ਚੌਧਰੀ ਨੇ ਜਦੋਂ ਅਨਾਇਤਪੁਰ ਤੋਂ ਵਾਪਸ ਸੂਰਤਗੜ ਲਈ ਉਡਾਨ ਭਰੀ ਤਾਂ ਮੋਗੇ ਦੇ ਪਿੰਡ ਲੰਗਿਆਣਾ ਕੋਲੇ ਆ ਕੇ ਉਸ ਦਾ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਗਾਣੀਮਤ ਇਹ ਰਹੀ ਕਿ ਜਹਾਜ਼ ਕਰਾਂ ਤੋਂ ਮਹਿਜ 500 ਮੀਟਰ ਦੀ ਦੂਰੀ ਖੇਤਾਂ ਦੇ ਵਿੱਚ ਡਿੱਗਾ ਜਿਸ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਦੇ ਵਿੱਚ ਪਾਇਲਟ ਅਨੁਭਵ ਚੌਧਰੀ ਦੀ ਮੌਤ ਹੋ ਗਈ ਮੌਕੇ ਤੇ ਹੀ ਬਠਿੰਡਾ 에ਅਰ ਫੋਰਸ ਤੇ ਹਲਵਾਰਾ 에ਅਰ ਫੋਰਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਨੇ ਪਾਇਲਟ ਅਨਵਬ ਚੌਧਰੀ ਨੂੰ ਭਾਲਣਾ ਸ਼ੁਰੂ ਕੀਤਾ ਉਹਨਾਂ ਨੇ ਦੱਸਿਆ ਕਿ ਲਗਭਗ 4 ਘੰਟੇ ਦੀ ਮੁਸ਼ਕਲ ਤੋਂ ਬਾਅਦ ਪਾਇਲਟ ਅਨਵਬ ਚੌਧਰੀ ਦੀ Laash ਖੇਤਾਂ ਦੇ ਵਿੱਚੋਂ ਮਿਲੀ